ਲੋਕਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਫਗਵਾੜਾ ਵਿਖੇ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਉਹਨਾਂ ਦੇ ਸਪੁੱਤਰ ਤੇ ਆਪ ਦੇ ਨੌਜਵਾਨ ਆਗੂ ਹਰਜੀ ਮਾਨ, ਪਾਰਟੀ ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਜਤਿੰਦਰ ਸਿੰਘ ਸਮੇਤ ਹੋਰ ਨੌਜਵਾਨ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ। ਇਸ ਮੌਕੇ ਹਰਜੀ ਮਾਨ ਨੇ ਇਸ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰੈਲੀ ਆਪ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਕੱਢੀ ਗਈ ਹੈ। ਨਾਲ ਹੀ ਉਹਨਾਂ ਨੇ ਵਿਰੋਧੀਆਂ ਤੇ ਖਾਸ ਕਰ ਬੀਜੇਪੀ ਤੇ ਵੀ ਜੰਮ ਕੇ ਸਿਆਸੀ ਵਾਰ ਕੀਤੇ। ਸਤਿਕਾਰ ਜੀ, ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸਾਡੇ ਜ਼ਿਲ੍ਹੇ ਦੇ ਜਿਹੜੇ ਮੀਤ ਪ੍ਰਧਾਨ ਨੇ ਜਤਿੰਦਰ ਸਿੰਘ ਜੀ ਜਗਪਾਲਪੁਰ ਤੋਂ, ਸਾਡੇ ਹਲਕੇ ਦੇ ਜਿਹੜੇ ਕੋਆਰਡੀਨੇਟਰ ਨੇ ਆਸ਼ੂ ਮੱਟੀਊ ਜੀ, ਉਹਨਾਂ ਦੇ ਆਏ ਹੋਏ ਸਾਰੇ ਸਾਥੀਆਂ ਦੇ ਨਾਲ ਅੱਜ ਉਹ ਬਾਈਕ ਰੈਲੀ ਕੱਢੀ ਗਈ ਆ। ਇਹ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦੇ, ਜੋ ਸਾਡੇ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ, ਉਹਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਜਿਹੜੀ ਤਾਨਾਸ਼ਾਹੀ ਸਰਕਾਰ ਆ, ਬੀਜੇਪੀ ਨਰਿੰਦਰ ਮੋਦੀ ਜੀ ਦੀ ਜਿਹੜੀ ਬੀਜੇਪੀ ਸਰਕਾਰ ਆ, ਉਹਨਾਂ ਦੀਆਂ ਨੀਤੀਆਂ ਦੇ ਖਿਲਾਫ਼, ਆਉਣ ਵਾਲੀਆਂ ਚੋਣਾਂ ਦੇ ਖਿਲਾਫ਼, ਜਿਹੜੀ ਉਹਨਾਂ ਦੀ ਪੰਜਾਬ ਦੇ ਖਿਲਾਫ਼ ਵਾਲੀ ਨੀਤੀਆਂ ਜਿਹੜੀਆਂ ਚੱਲਦੀਆਂ ਆਈਆਂ ਨੇ, ਇੱਕ ਤਾਨਾਸ਼ਾਹ ਬਣ ਕੇ ਦੇਸ਼ ਦੇ ਰੂਪ ਦੇ ਵਿੱਚ ਬੀਜੇਪੀ ਦੀ ਸਰਕਾਰ ਪਿਛਲੇ 10 ਸਾਲ 'ਚ ਉੱਭਰੀ ਆ। ਸਾਡੇ ਕਿਸਾਨ ਅੰਦੋਲਨ ਦੇ ਵਿੱਚ 700 ਤੋਂ ਉੱਤੇ 750 ਕਿਸਾਨ ਮਰੇ ਆ, ਅਤੇ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਲੰਬੀਆਂ ਆ ਕਿ ਜਿਹੜੀਆਂ ਆਪਾਂ ਕਰ ਸਕੀਏ। ਬੀਜੇਪੀ ਨੇ ਕਰਪਸ਼ਨ ਦੀ, ਅੱਜ ਮੈਂ ਗੱਲ ਸੁਣ ਰਿਹਾ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਕ ਬਹੁਤ ਵੱਡਾ ਨਾਅਰਾ ਦਿੱਤਾ ਕਿ ਅਸੀਂ ਕਰਪਸ਼ਨ ਨੂੰ ਖਤਮ ਕਰ ਦੇਣਾ। ਜਿੱਥੇ ਜੇਕਰ ਚੋਣ ਵਾਲੀ ਗੱਲ ਆ ਕਿ ਜਿੰਨੇ ਵੀ ਭ੍ਰਿਸ਼ਟ ਅਤੇ ਕਰਪਟ ਲੀਡਰ ਅਤੇ ਐੱਮ ਪੀ ਅੱਜ ਬੀਜੇਪੀ ਨੇ ਖੜ੍ਹੇ ਕੀਤੇ ਨੇ, 400 ਉਪਰ ਸੀਟਾਂ ਦੇ ਵਿੱਚੋਂ 126 ਐਸੇ ਲੀਡਰ ਨੇ ਜਿਹੜੇ ਦੂਜੀਆਂ ਪਾਰਟੀਆਂ ਅਤੇ ਜਿਨ੍ਹਾਂ ਦੇ ED ਦੇ, CBI ਦੇ ਅਤੇ ਵੱਖ ਵੱਖ ਤਰ੍ਹਾਂ ਦੇ ਪੁਲਿਸ ਮੁਕੱਦਮੇ ਚੱਲਦੇ ਪਏ ਸੀ, ਪਰ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦਿਆਂ ਹੀ ਜਾਂ ਤਾਂ ਉਹਨਾਂ ਦੀਆਂ ਫਾਈਲਾਂ ਗੁਆਚ ਗਈਆਂ, ਜਾਂ ਉਹਨਾਂ ਦੇ ਕੇਸ ਬੰਦ ਹੋ ਗਏ, ਜਾਂ ਬਿਲਕੁਲ ਹੀ ਠੱਡੇ ਦਸਤੇ ਵਿੱਚ ਪਾ ਦਿੱਤੇ ਗਏ। ਅਤੇ ਅੱਜ ਦੇ ਸਮੇਂ ਵੀ ਬੀਜੇਪੀ ਦੇ ਮੈਂ ਸਵਾਲ ਪੁੱਛਣਾ ਚਾਹੁੰਦਾ, ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਥੱਲੇ ਰੋਣ ਦਿੱਤੇ ਸੀਗੇ ਅਜੇ ਮਿਸ਼ਰਾ ਜੀ ਵੱਲੋਂ, ਉਹਨਾਂ ਦੇ ਬੇਟੇ ਵੱਲੋਂ, ਕਿ ਉਹ ਸਿਰਫ ਅੰਦੋਲਨ ਕਰ ਰਹੇ ਸੀ, ਉਹਨਾਂ ਦੇ ਰਸਤੇ ਜਿਹਦੇ ਵਿੱਚ ਕੌਨਵੋਏ ਦੇ ਵਿੱਚ ਕਿਸਾਨ ਆ ਗਏ ਸੀ, ਉਹਨਾਂ ਨੂੰ ਰੋੜ ਕੇ ਰੱਖ ਦਿੱਤਾ ਸੀ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ, ਉਹਨਾਂ ਨੇ ਫਿਰ ਵੀ ਆਪਣਾ ਮੰਤਰੀ ਮੰਡਲ ਸਾਂਭਿਆ। ਅੱਜ ਵੀ ਉਹ ਚੋਣ ਪ੍ਰਚਾਰ ਕਰ ਰਹੇ ਨੇ, ਜਿਨ੍ਹਾਂ ਦੇ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਹ ਕੋਈ ਤਰੀਕਾ ਨਹੀਂ ਹੈ ਜਿਨ੍ਹਾਂ ਦੇ ਉੱਤੇ ਐਡੇ ਵੱਡੇ ਕੇਸ ਚੱਲ ਰਹੇ ਹੋਣ ਅਤੇ ਉਹ ਚੋਣ ਪ੍ਰਚਾਰ ਕਿੱਦਾਂ ਕਰ ਸਕਦੇ ਨੇ। ਮੈਂ ਨਾਲ ਦੀ ਨਾਲ ਹੀ ਜਿਹੜੇ ਸਾਡੇ ਬੀਜੇਪੀ ਦੇ ਅੱਜ ਉਮੀਦਵਾਰ ਨੇ ਸ਼੍ਰੀਮਤੀ ਅਨੀਤਾ ਸਿੰਘ ਪ੍ਰਕਾਸ਼ ਜੀ, ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਹਾਂ ਕਿ 750 ਕਿਸਾਨ ਮਰਨ ਦੇ ਬਾਵਜੂਦ ਉਹਨਾਂ ਦੀ ਨਾ ਕਿਸੇ ਕਿਸਾਨੀ ਅੰਦੋਲਨ ਵਿੱਚ ਕੋਈ ਟਿੱਪਣੀ ਨਹੀਂ ਕੀਤੀ, ਕੋਈ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ। ਅੱਜ ਵੀ ਜਿਹੜੀ ਕੰਗਨਾ ਰਣੌਤ ਆ, ਜਿਹੜੀ ਪੰਜਾਬੀਆਂ ਨੂੰ ਖਾਲਿਸਤਾਨ ਕਹਿ ਕੇ ਬੁਲਾਉਂਦੀ ਸੀ, ਜਿਹਨੇ ਪੂਰੇ ਅੰਦੋਲਨ ਵਿੱਚ ਭੰਡਿਆ ਪੰਜਾਬ ਨੂੰ, ਪੰਜਾਬ ਦੀ ਸਿੱਖੀ ਨੂੰ ਭੰਡਿਆ, ਪੰਜਾਬ ਦੀ ਮਿੱਟੀ ਨੂੰ ਭੰਡਿਆ, ਅੱਜ ਉਹ BJP ਦੇ ਵੱਲੋਂ ਦਿੱਤੀ ਹੋਈ ਟਿਕਟ ਮੰਡੀ ਤੋਂ ਚੋਣ ਲੜਦੀ ਪਈ ਆ। BJP ਸਾਹਿਬ, ਸਾਡੇ ਸਮੂਹ ਪ੍ਰਕਾਸ਼ ਜੀ, ਸ਼੍ਰੀਮਤੀ ਅਨੀਤਾ ਸਿੰਘ ਪ੍ਰਕਾਸ਼ ਜੀ ਇਸ ਚੀਜ਼ ਨੂੰ ਕਿੱਦਾਂ ਜਸਟੀਫਾਈ ਕਰਦੇ ਨੇ, ਉਹ ਕਿੱਦਾਂ ਦੱਸਣਗੇ ਪੰਜਾਬ ਦੇ ਲੋਕਾਂ ਨੂੰ, ਸਾਡੇ ਪਿੰਡਾਂ ਨੂੰ, ਫਗਵਾੜੇ ਦੇ ਪਿੰਡਾਂ ਨੂੰ, ਹੁਸ਼ਿਆਰਪੁਰ ਦੇ ਪੂਰੀ ਰੂਰਲ ਬੈਲਟ ਨੂੰ, 9 ਹਲਕਿਆਂ ਨੂੰ ਕੀ ਜਵਾਬ ਦੇਣਗੇ ਕਿ BJP ਦੇ ਕਿੱਥੋਂ ਕਿਹੜੇ ਮੂੰਹ ਨਾਲ ਅੱਜ ਵੋਟ ਮੰਗਣ ਆਏ ਨੇ। ਮੈਂ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ਼ ਅਸੀਂ ਡਟ ਕੇ ਲੜਾਂਗੇ, ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਬਹੁਤ ਭਾਰੀ ਮੱਤ ਦੇ ਨਾਲ ਇੱਥੋਂ ਪਖਵਾੜੇ ਤੋਂ ਜਿੱਤ ਕੇ ਭੇਜਾਂਗੇ। ਆਈ ਹੋਈ ਸਾਰੀ ਯੂਥ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਕਿ ਆਉਣ ਵਾਲੀਆਂ 18ਵੀਂ ਲੋਕ ਸਭਾ ਦੇ ਵਿੱਚ ਝਾੜੂ ਦਾ ਬਟਨ ਦੱਬ ਕੇ
ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ MP ਦੀ ਇਲੈਕਸ਼ਨ ਜਿਤਾ ਕੇ ਇੱਕ ਅਸੀਂ ਕਾਮਯਾਬ ਕਰੀਏ ਕਿ ਅਸੀਂ ਸਾਨੂੰ ਇੱਕ ਵਾਰੀ ਤਿਆਰ ਦਿਓ। ਮੈਂ ਫਗਵਾੜੇ ਦੇ ਤੌਰ 'ਤੇ ਮੈਂ ਇੱਕ ਤੁਹਾਡੇ ਕੋਲ ਹੱਥ ਮੰਗ ਕੇ ਤਿਆਰ ਮੰਗਦਾ ਪਿਆ ਕਿ ਸਾਨੂੰ ਕਿਸੇ ਪਾਸੇ ਸਾਨੂੰ ਹਿੰਮਤ ਹੋ ਕੇ ਅਸੀਂ ਫਗਵਾੜੇ ਲਈ ਕੰਮ ਕਰਦੇ ਹੋਏ ਸਕੀ। ਮੈਂ ਤੁਹਾਡੇ ਨਾਲ ਵਾਅਦਾ ਕਰ ਰਿਹਾ ਹਾਂ ਡਾਕਟਰ ਰਾਜ ਕੁਮਾਰ, ਆਪ ਆਉਣ ਨਾ ਆਉਣ ਮੇਰਾ ਵਾਅਦਾ ਮੰਨ ਕੇ ਚੱਲਿਓ ਕਿ ਮੈਂ ਹੱਥ ਬਾਂਹ ਫੜ ਕੇ ਉਹਨਾਂ ਨੂੰ ਇੱਥੇ ਲਿਆ ਕੇ ਜੋ ਜੋ ਸਾਡੇ ਫਗਵਾੜੇ ਦੇ ਕੰਮ, ਚਾਹੇ ਉਹ ਇੰਡਸਟਰੀ 'ਚ ਹੋਣ, ਚਾਹੇ ਉਹ ਕਿਸਾਨੀ ਦੇ ਹੋਣ, ਚਾਹੇ ਉਹ ਵੱਡੇ ਪ੍ਰੋਜੈਕਟ ਹੋਣ, ਮੈਂ ਤੁਹਾਨੂੰ ਕਰਾ ਕੇ ਦੇਵਾਂਗੇ। ਸਾਨੂੰ ਇੱਕ ਮੌਕਾ ਦਿਓ। ਅੱਜ ਆਏ ਹੋਏ ਸਾਰੇ ਯੂਥ ਤੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਫਗਵਾੜਾ ਹਲਕੇ 'ਚੋਂ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਪ੍ਰਾਪਤ ਹੋਵੇਗੀ। ਉਹਨਾਂ ਦੱਸਿਆ ਕਿ ਜਲਦ ਹੀ ਚੋਣਾਂ ਦੇ ਮੱਦੇਨਜ਼ਰ ਹਲਕੇ ਵਿੱਚ ਮੀਟਿੰਗਾਂ ਵੀ ਆਰੰਭ ਕੀਤੀਆਂ ਜਾ ਰਹੀਆਂ ਨੇ। MP ਦੇ ਇਲੈਕਸ਼ਨ ਦੀ ਪ੍ਰਮੋਸ਼ਨ ਵਾਸਤੇ ਮਾਨ ਸਾਹਿਬ ਨੇ ਕਿਹਾ 13 ਜੀ ਉਹਦੇ ਉਸ ਨੂੰ ਰਿਜ਼ਲਟ ਨੂੰ ਮੀਟਿੰਗ ਕਰਨ ਵਾਸਤੇ ਯੂਥ ਸਿੱਖਰਾਂ ਦੀ ਅਰਜੀ ਮਾਨ ਦੀ ਪ੍ਰਧਾਨਗੀ ਥੱਲੇ ਦੀਕ ਬੈਠੇ ਆਸ਼ੂ ਮੇਰੇ ਨਾਲ ਨੇ ਔਰ ਇਹ ਸਾਰੇ ਸਾਥੀ ਆਪਣੇ ਆਪਣੇ ਅਹੁਦਿਆਂ ਦੇ ਉੱਤੇ ਸ਼ਿਮਲ ਦੇ ਨਾਲ ਅੱਜ ਸੋਚਦੇ ਨੇ। ਚੇਅਰਮੈਨ ਮਾਰਕੀਟ ਕਮੇਟੀ ਤਲਵਿੰਦਰ ਜੀ ਉਹ ਵੀ ਸਾਥੀਆਂ ਨਾਲ ਲੈ ਕੇ ਨੇ, ਰਾਜਾ ਜੀ ਬਹੁਤ ਸਾਡੇ ਸਾਥੀਆਂ ਨਾਲ ਲੈ ਕੇ ਨੇ ਔਰ ਇੱਕ ਬਹੁਤ ਸ਼ਾਂਤ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਨੇ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕੀਤਾ ਔਰ ਮੈਂ ਸਮਝਦਾ ਇਸ ਨਾਲ ਪਾਰਟੀ ਦੀ ਪ੍ਰਮੋਸ਼ਨ ਹੋਏਗੀ। ਜਿਸ ਰਾਜ ਕੁਮਾਰ ਜੀ ਆਉਣਗੇ ਅਸੀਂ ਇੱਕ ਬਹੁਤ ਵੱਡੀ ਮੀਟਿੰਗ 26 ਤਰੀਕ ਨੂੰ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਕੰਮ ਜਾ ਰਹੇ, ਉਸ ਤੋਂ ਬਾਅਦ ਸ਼ਾਇਦ ਵਾਰਡ ਵਾਈਜ਼ ਮੀਟਿੰਗ ਜਿਹੜੀਆਂ ਹੋਣਗੀਆਂ ਔਰ ਮੈਂ ਸਮਝਦਾ ਕਿ ਉਦੋਂ ਤੱਕ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਐਜ ਕਿਸਾਨ ਜੀ ਪਾੜਾ ਇਹ ਨੰਬਰ 1 ਜਾਏਗਾ ਮੈਂ ਲੀਡ ਦੇ ਵਿੱਚ। ਬਾਕੀ ਕੰਸਟੀਆਂ ਦੇ ਵਿੱਚ ਵੀ ਅਸੀਂ ਮਿਹਨਤ ਦੇ ਨਾਲ ਲੱਗੇ ਹੋਏ ਹਾਂ। ਸਾਰੇ ਸਾਡੇ ਜਿਹੜੇ ਸਾਡੇ ਕੁਆਂਟੀਅਲ ਔਰਗਨਾਈਜੇਸ਼ਨ ਦੇ ਸੈਲਸ ਨੇ, ਲੇਡੀ ਹੈ, ਯੂਥ ਹੈ, ਵੱਖਰੇ ਵੱਖਰੇ ਵਪਾਰ ਸੈੱਲ ਹੈ ਜਾਂ ਹੋਰ ਵੱਖਰੇ ਵੱਖਰੇ ਜਿੰਨੇ ਵੀ ਸੈਲਸ ਪਾਰਟੀ 'ਚ ਬਣੇ ਨੇ ਉਹ ਸਾਰੇ ਵਰਕ ਕਰ ਰਹੇ ਨੇ ਔਰ ਮੈਨੂੰ ਖੁਸ਼ੀ ਆ ਕਿ ਅਸੀਂ ਇਸ ਵੇਲੇ ਜੋ ਸਾਡੀ ਹੁਸ਼ਿਆਰਪੁਰ ਦੀ ਸੀਟ ਦੀ ਸਾਡੀ ਪੋਜੀਸ਼ਨ ਹੈ ਉਹ ਅਸੀਂ ਬਹੁਤ ਅੱਗੇ ਤਰੀਕੇ ਦੇ ਨਾਲ ਅਸੀਂ ਕਰ ਰਹੇ ਹਾਂ ਔਰ ਮੈਂ ਦੇਖਦਾ ਕਿ ਵਰਕਾਂ 'ਚ ਕਿੰਨਾ ਉਤਸ਼ਾਹ ਆ ਔਰ ਉਸ ਸਾਹ ਨੂੰ ਜਿਹੜਾ ਅਸੀਂ ਆਪਣੇ ਵੋਟਿੰਗ ਤੱਕ ਜਿਹੜਾ ਇੱਕ ਤਰੀਕ ਤੱਕ ਮੇਨਟੇਨ ਰੱਖਾਂਗੇ। ਸਭ ਸਾਥੀਆਂ ਦਾ, ਮਿੱਤਰਾਂ ਦਾ, ਹਾਊਸਵੇਅਰ ਦਾ, ਚੇਅਰਮੈਨ ਸਾਹਿਬ ਦਾ, ਮਾਰਕੀਟ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੂੰ ਬੱਚਿਆਂ ਦਾ ਸਾਥ ਦੇ ਕੇ ਉਹਨਾਂ ਦੀ ਜਿਹੜੀ ਸਭ ਧੰਨਵਾਦ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਯੂਥ ਮੀਤ ਪ੍ਰਧਾਨ ਜਤਿੰਦਰ ਸਿੰਘ ਤੋਂ ਇਲਾਵਾ ਹੋਰ ਨੌਜਵਾਨ ਆਗੂਆਂ ਨੇ ਕਿਹਾ ਕਿ ਇਹ ਚੋਣਾਂ ਤਾਨਾਸ਼ਾਹੀ ਦੇ ਖਿਲਾਫ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੇ। ਨਾਲ ਹੀ ਉਹਨਾਂ ਕਿਹਾ ਕਿ ਇਸ ਰੈਲੀ ਰਾਹੀਂ ਅਸੀਂ ਡਾਕਟਰ ਚੱਬੇਵਾਲ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਫਗਵਾੜੇ ਦਾ ਯੂਥ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ। ਅੱਜ ਦੀ ਰੈਲੀ ਚੱਬੇਵਾਲ ਸਾਹਿਬ ਦੇ ਹੱਕ ਵਿੱਚ ਕੀਤੀ ਗਈ ਜੋ ਕਿ ਆਗਾਮੀ ਲੋਕ ਸਭਾ ਚੋਣਾਂ ਜੋ ਕਿ ਇਸ ਤਾਨਾਸ਼ਾਹੀ ਦੇ ਖਿਲਾਫ ਇਸ ਸੰਵਿਧਾਨ ਨੂੰ ਬਚਾਉਣ ਦੇ ਲਈ ਆ ਰਹੀਆਂ ਨੇ ਉਹਨਾਂ ਦੇ ਲਈ ਅੱਜ ਯੂਥ ਆਪਣੇ ਪੱਬਾਂ ਭਰ ਰਿਹਾ। ਅਸੀਂ ਡਾਕਟਰ ਚੱਬੇਵਾਲ ਸਾਹਿਬ ਨੂੰ ਇਸ ਰੈਲੀ ਦੇ ਥਰੂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਯੂਥ, ਫਗਵਾੜੇ ਦਾ ਯੂਥ ਤੁਹਾਡੇ ਨਾਲ ਹੈ। ਸਾਡੇ ਇਸ ਮੁਕਾਬਲੇ ਦੇ ਵਿੱਚ ਸਾਨੂੰ ਕੋਈ ਨਹੀਂ ਦਿਖਦਾ। ਜੇ ਆਪਾਂ BJP ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ ਉਹਨਾਂ ਦੇ ਕੋਲ ਇਮਾਨਦਾਰ ਕੈਂਡੀਡੇਟਸ ਦੀ ਕਮੀ ਹੈ ਜੋ ਦੇਸ਼ ਦੇ ਲਈ, ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰ ਸਕਦੇ। ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਦੇ ਨਾਲ ਅਸੀਂ ਜਿੰਨਾ ਵੀ ਵਿਚਰੇ ਜਾਂ ਜਿੰਨਾ ਵੀ ਉਹਨਾਂ ਦੇ ਬਾਰੇ ਜਾਣੂਗੇ ਉਸ ਤੋਂ ਇਹ ਚੰਗੀ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ ਮੈਸੇਜ ਦੇ ਸਕਦੇ ਹਾਂ ਕਿ ਉਹ ਤੁਹਾਡੇ ਕੰਮ ਕਰਨ ਦੇ ਲਈ, ਤੁਹਾਡੇ ਹੱਕਾਂ ਦੇ ਲਈ। ਮੈਂ ਫਗਵਾੜਾ ਯੂਥ ਕੋਆਰਡੀਨੇਟਰ ਆਸ਼ੂਵਾਡੀ ਅੱਜ ਸਰਜੀਮਾਨ ਜੀ ਦੀ ਯੋਗ ਅਗਵਾਈ ਵਿੱਚ ਫਗਵਾੜਾ ਦੀ ਯੂਥ ਦੀ ਰੈਲੀ ਕੱਢੀ ਗਈ ਆ ਅਤੇ ਫਗਵਾੜੇ ਵੱਲੋਂ ਚੱਬੇਵਾਲ ਜੀ ਨੂੰ ਬਹੁਤ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਏਗਾ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।